ਸਿੱਧੂ ਦੀ ਹਵੇਲੀ ਪਹੁੰਚਿਆ 3D ਸਟੈਚੂ ਤੇ ਸਿੱਧੂ ਦੇ ਫੈਨ ਨੇ ਸਿੱਧੂ ਦੇ ਪਿਤਾ ਨੂੰ ਕਰ ਦਿੱਤਾ ਭੇਟ। ਹਵੇਲੀ ਪਹੁੰਚਿਆ ਸਟੈਚੂ ਬਹੁਤ ਹੀ ਜ਼ਿਆਦਾ ਅਲੌਕਿਕ ਵੀ ਆ ਤੇ ਦੇਖਣ ਦੇ ਵਿੱਚ ਵੱਖਰਾ ਵੀ ਤਾਂ ਲੱਗਦਾ ਕਿਉਂਕਿ ਇਹ 3D ਸਟੈਚੂ ਸਿੱਧੂ ਦੇ ਫੈਨ ਨੇ ਸਿੱਧੂ ਪਰਿਵਾਰ ਨੂੰ ਭੇਂਟ ਕੀਤਾ ਹੈ ਅਤੇ ਦੋ ਤਰ੍ਹਾਂ ਦੇ ਸਟੈਚੂ ਨੇ, ਇੱਕ ਗੱਡੀ ਦੇ ਵਿੱਚ ਲਗਾਇਆ ਅਤੇ ਇੱਕ ਪਰਿਵਾਰ ਨੂੰ ਹਵੇਲੀ ਦੇ ਵਿੱਚ ਰੱਖਣ ਦੇ ਲਈ ਦਿੱਤਾ। ਸਿੱਧੂ ਮੂਸੇਵਾਲੇ ਦੇ ਫੈਨ ਪਹਿਲਾਂ ਤਾਂ ਚੱਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਅਤੇ ਕਮੈਂਟਾਂ ਦੇ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ। ਇੰਝ ਲੱਗਦਾ ਕਿ ਸਿੱਧੂ ਮੂਸੇਵਾਲਾ ਖੁਦ ਹਵੇਲੀ ਦੇ ਵਿੱਚ ਪਹੁੰਚਿਆ ਹੋਵੇ। ਇਹ ਸਟੈਚੂ ਇੰਝ ਜਾਪਦਾ ਕਿ ਹੁਣੇ ਬੋਲਣ ਲੱਗ ਜਾਏਗਾ ਕਿਉਂਕਿ 3D ਸਟੈਚੂ ਹੈ ਅਤੇ ਬਹੁਤ ਹੀ ਸੋਹਣਾ ਬਣਾਇਆ ਉਸ ਕਾਰੀਗਰ ਨੇ ਜਿਸਨੇ ਇਸ ਨੂੰ ਤਿਆਰ ਕੀਤਾ ਅਤੇ ਹਵੇਲੀ ਦੇ ਵਿੱਚ ਲਿਆਂਦਾ। ਇਹ ਸਟੈਚੂ ਸਿੱਧੂ ਮੂਸੇਵਾਲੇ ਦੇ ਵੱਖੋ ਵੱਖਰੇ ਫੈਨ ਦੀ ਸ਼ਰਧਾਂਜਲੀ ਹੈ। ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਅਤੇ ਪਿਆਰ ਕਰਨ ਵਾਲੇ ਦਾ ਅੰਦਾਜ਼ਾ ਤੁਸੀਂ ਇਸ ਸਟੈਚੂ ਤੋਂ ਲਗਾ ਸਕਦੇ ਹੋ ਜੋ 3D ਸਟੈਚੂ ਇਸ ਵਾਰ ਸਿੱਧੂ ਦੀ ਹਵੇਲੀ ਉਸਦੇ ਫੈਨ ਨੇ ਪਟਿਆਲੇ ਤੋਂ ਇਹ ਫੈਨ ਸਪੈਸ਼ਲ ਹਵੇਲੀ ਆਉਂਦਾ ਅਤੇ ਇਹ ਦੋ ਸਟੈਚੂ 3D ਪਲਾਸਟਿਕ ਦੇ ਬਣਵਾ ਕੇ ਹਵੇਲੀ ਸਿੱਧੂ ਦੇ ਪਿਤਾ ਨੂੰ ਭੇਂਟ ਕਰ ਜਾਂਦਾ, ਜਿਨ੍ਹਾਂ ਦੇ ਵਿੱਚੋਂ ਇੱਕ ਸਟੈਚੂ ਉਸਦੀ ਫਰਮਾਇਸ਼ ਸੀ ਕਿ ਹਵੇਲੀ ਦੇ ਵਿੱਚ ਲੱਗੇਗਾ ਅਤੇ ਦੂਜਾ ਉਸ ਝੋਟਾ ਗੱਡੀ ਦੇ ਵਿੱਚ ਜਿਸ ਦੇ ਉੱਪਰ ਸਿੱਧੂ ਨੇ ਗੀਤ ਵੀ ਲਿਖਿਆ ਸੀ ਕਿ PB 65 ਮੋਹਾਲੀ ਦਾ 3 0 ਪਿੱਛੇ 8 ਬਲੀਏ। ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ। ਇਸ ਫੈਨ ਲਈ ਤੁਸੀਂ ਪਹਿਲਾਂ ਤਾਂ ਵੀਡੀਓ ਨੂੰ ਚੱਲਦੀ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਅਤੇ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਸਟੈਚੂ ਕਿਵੇਂ ਦਾ ਲੱਗਦਾ। ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਅਤੇ ਸਿੱਧੂ ਮੂਸੇਵਾਲੇ ਨੇ ਆਪਣੀ ਆਵਾਜ਼ ਦੇ ਜ਼ਰੀਏ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਬਣਾਇਆ। ਸਿੱਧੂ ਦੇ ਰੁਤਬੇ ਅਤੇ ਅਣਖਾਂ ਦੀਆਂ ਗੱਲਾਂ ਅੱਜ ਵੀ ਲੋਕ ਸੁਣਦੇ ਨੇ, ਜਾਣਦੇ ਨੇ। ਜਿਵੇਂ ਜੱਟ ਕਹਿੰਦਾ ਸੀ ਕਿ ਡਰਨਾ ਦਬਣਾ ਤਾਂ ਖੂਨ ਦੇ ਵਿੱਚ ਨਹੀਂ, ਉਸੇ ਤਰ੍ਹਾਂ ਸਿੱਧੂ ਨੇ ਆਪਣੀ ਮੌਤ ਦਾ ਵੀ ਮੁਕਾਬਲਾ ਅਣਖ ਦੇ ਨਾਲ ਕੀਤਾ ਸੀ। ਹਾਲਾਂਕਿ ਗੈਂਗਸਟਰਾਂ ਨੇ ਪਿੱਛੋਂ ਘੇਰਾ ਪਾ ਕੇ ਸਿੱਧੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਸਰੀਰਕ ਤੌਰ 'ਤੇ ਸਿੱਧੂ ਮੂਸੇਵਾਲਾ ਚਾਹੇ ਸਾਡੇ ਵਿੱਚ ਨਹੀਂ ਪਰ ਦਿਲਾਂ ਦੇ ਵਿੱਚ ਅੱਜ ਵੀ ਜਾਗਦਾ ਜਿਉਂਦਾ ਹੈ ਉਹ ਝੋਟਾ ਮੂਸੇਵਾਲਾ, ਜਿਹਨੂੰ ਸਿੱਧੂ ਮੂਸੇਵਾਲਾ ਕਹਿੰਦੇ ਨੇ। ਅਤੇ ਇਸ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਦੇ ਸਟੈਚੂ ਪਟਿਆਲੇ ਤੋਂ ਜੋ ਫੈਨ ਲੈ ਕੇ ਆਏ ਨੇ ਉਹਨਾਂ ਦੀ ਜਿੱਦ ਸੀ ਕਿ ਇੱਕ ਗੱਡੀ ਦੇ ਵਿੱਚ ਲਗਾਉਣਾ ਅਤੇ ਇੱਕ ਹਵੇਲੀ ਦੇ ਵਿੱਚ ਰੱਖਣਾ। ਤਾਂ ਦੋਨੇ ਸਟੈਚੂ ਤੁਸੀਂ ਦੇਖ ਸਕਦੇ ਹੋ, ਇੱਕ ਗੱਡੀ ਦੇ ਅੰਦਰ ਲੱਗਿਆ ਹੋਇਆ ਅਤੇ ਇੱਕ ਗੱਡੀ ਦੇ ਉੱਪਰ ਪਿਆ। ਅਤੇ ਇੰਝ ਜਾਪਦਾ ਕਿ ਸਿੱਧੂ ਮੂਸੇਵਾਲਾ ਖੁਦ ਆਪਣੀ ਹਵੇਲੀ ਪਹੁੰਚਿਆ। ਅਤੇ ਜੇ ਇਹ ਸਟੈਚੂ ਤੁਸੀਂ ਦੇਖਦੇ ਹੋ ਤਾਂ ਇੰਝ ਵੀ ਲੱਗਦਾ ਕਿ ਇਹ ਸਟੈਚੂ ਹੁਣੇ ਬੋਲਣ ਲੱਗ ਜਾਏਗਾ। ਦੋਸਤੋ ਚੱਲਦੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ। ਜਿਹੜੇ ਸਾਡੇ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਫੋਲੋ ਕਰ ਲਿਓ, ਸਬਸਕ੍ਰਾਈਬ ਕਰ ਲਿਓ ਅਤੇ ਤੁਹਾਡੇ ਲਈ ਹਰ ਇੱਕ ਦਿਨ ਨਵਾਂ ਅਪਡੇਟ ਸਿੱਧੂ ਮੂਸੇਵਾਲੇ ਦੇ ਨਾਲ ਜੁੜਿਆ ਹੋਇਆ ਸਾਂਝਾ ਕਰਦੇ ਹਾਂ। ਜਿੰਨੇ ਵੀ ਦੋਸਤ ਸਿੱਧੂ ਮੂਸੇਵਾਲੇ ਦੇ ਫੈਨ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ, ਕਿੱਦਾਂ ਦੀਆਂ ਲੱਗਦੀਆਂ ਤੁਹਾਨੂੰ ਇਹ ਵੀਡੀਓ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਆ ਕਰੋ। ਅਤੇ ਇਸ ਸਟੈਚੂ ਵਾਲੇ ਫੈਨ ਦੇ ਲਈ ਤੁਸੀਂ ਕੀ ਕਹੋਗੇ, ਕਿਉਂਕਿ ਸਿੱਧੂ ਮੂਸੇਵਾਲੇ ਦੀ ਹਵੇਲੀ ਬਹੁਤ ਸਾਰੇ ਸਟੈਚੂ ਹਵੇਲੀ ਦੇ ਵਿੱਚ ਪਹੁੰਚੇ ਹੋਏ ਨੇ। ਇੱਕ ਯਾਦਗਾਰ 'ਤੇ ਲੱਗਿਆ ਹੋਇਆ ਅਤੇ ਲਾਸਟ ਰਾਈਡ ਵਾਲੀ ਜਗ੍ਹਾ 'ਤੇ ਵੀ 29 ਮਈ ਨੂੰ ਇੱਕ ਨਵਾਂ ਸਟੈਚੂ ਲੱਗੇਗਾ, ਕਿਉਂਕਿ ਹਰ ਇੱਕ ਦਿਨ ਸਿੱਧੂ ਦੇ ਨਵੇਂ ਤੋਂ ਨਵਾਂ ਫੈਨ ਕੁਝ ਨਾ ਕੁਝ ਹਵੇਲੀ ਲੈ ਆਉਂਦਾ ਅਤੇ ਮਾਤਾ ਪਿਤਾ ਨੂੰ ਭੇਂਟ ਕਰ ਜਾਂਦਾ, ਜਿਸ ਨੂੰ ਦੇਖ ਕੇ ਮਾਤਾ ਪਿਤਾ ਦੀਆਂ ਅੱਖਾਂ ਵੀ ਨਮ ਹੁੰਦੀਆਂ ਨੇ। ਅਤੇ ਇਸ ਸਟੈਚੂ ਨੂੰ ਦੇਖ ਕੇ ਵੀ ਸਿੱਧੂ ਦੇ ਪਿਤਾ ਭਾਵਕ ਹੋ ਗਏ ਅਤੇ ਪਿਆਰ ਜਿਹੜਾ ਸਿੱਧੂ ਮੂਸੇਵਾਲੇ ਨੂੰ ਅਥਾਹ ਕਰਦੇ ਨੇ ਲੋਕ ਅਤੇ ਦਿਲਾਂ ਦੇ ਵਿੱਚ ਜਾਗਦਾ ਜਿਉਂਦਾ ਅੱਜ ਵੀ ਸਿੱਧੂ ਮੂਸੇਵਾਲਾ, ਜਿਸ ਨੂੰ ਮਾਰਨ ਦੀ ਕੋਸ਼ਿਸ਼ ਗੈਂਗਸਟਰਾਂ ਨੇ ਕੀਤੀ ਪਰ ਅੱਜ ਉਹ ਲੈਜੈਂਡ ਹੋਇਆ ਮੂਸੇਵਾਲਾ, ਹਰ ਇੱਕ ਦੇ ਯਾਦ ਦੇ ਦਿਲ ਦੇ ਵਿੱਚ ਜਿਉਂਦਾ। ਅਤੇ ਗੱਡੀਆਂ 'ਚ ਅੱਜ ਵੀ ਉਹੀ ਗੀਤ ਵੱਜਦੇ ਨੇ ਸਿੱਧੂ ਮੂਸੇਵਾਲੇ ਦੇ। ਜਦੋਂ ਤੁਹਾਨੂੰ ਵੀ ਪਤਾ ਕਿ ਮੂਸ ਟੇਪ ਜਦੋਂ 1.2 ਬਿਲੀਅਨ ਦੇ ਕਰੀਬ ਸਪੋਟੀਫਾਈ 'ਤੇ ਚੱਲ ਜਾਂਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਮੂਸੇਵਾਲੇ ਦੇ ਫੈਨ ਵੀ ਪੂਰੇ ਕੱਟੜ ਨੇ।
ਤਾਂ ਇਸੇ ਤਰ੍ਹਾਂ ਇੱਕ ਕੱਟੜ ਫੈਨ ਦੀ ਤਰ੍ਹਾਂ ਜਿਹੜਾ ਇਹ ਸਟੈਚੂ ਹੈ ਜਿਹੜਾ ਉਹ ਹਵੇਲੀ ਲੈ ਕੇ ਪਹੁੰਚਿਆ ਅਤੇ ਪਰਿਵਾਰ ਨੂੰ ਭੇਟ ਕੀਤਾ ਅਤੇ ਪਰਿਵਾਰਕ ਮੈਂਬਰ ਵੀ ਹਰ ਇੱਕ ਫੈਨ ਦਾ ਮਾਣ ਸਤਿਕਾਰ ਕਰਦੇ ਨੇ। ਜਿੰਨੇ ਵੀ ਫੈਨ ਸਿੱਧੂ ਦੇ ਹਵੇਲੀ ਦੇ ਵਿੱਚ ਆਉਂਦੇ ਨੇ ਸਿੱਧੂ ਦੇ ਪਿਤਾ ਉਹਨਾਂ ਨੂੰ ਉਸੇ ਤਰ੍ਹਾਂ ਆਦਰ ਮਾਣ ਸਤਿਕਾਰ ਦਿੰਦੇ ਨੇ ਜਿਵੇਂ ਸਿੱਧੂ ਮੂਸੇਵਾਲਾ ਆਪਣੇ ਫੈਨ ਦੀ ਕਦਰ ਕਰਦਾ ਸੀ, ਉਸੇ ਤਰ੍ਹਾਂ ਸਿੱਧੂ ਪਰਿਵਾਰ ਵੀ ਸਾਰੇ ਫੈਨਸ ਦੀ ਕਦਰ ਕਰਦਾ। ਸਿੱਧੂ ਮੂਸੇਵਾਲੇ ਦਾ ਰੁਤਬਾ ਤੁਸੀਂ ਜਾਣਦੇ ਹੀ ਹੋ, ਬਿੱਲ ਬੋਰਡ 'ਤੇ ਛਾਇਆ ਝੋਟਾ ਅੱਜ ਵੀ ਗੱਜਦਾ, ਉਹ ਥਾਪੀ ਉਵੇਂ ਵੱਜਦੀ ਰਹਿੰਦੀ ਹੈ ਅਤੇ ਹਰ ਇੱਕ ਦੇ ਚਪੇੜਾਂ ਵਾਂਗੂ ਵੱਜਦਾ ਗੀਤ। ਜਿਹੜੇ ਸੋਚਦੇ ਸੀ ਕਿ ਸਿੱਧੂ ਮੂਸੇਵਾਲਾ ਮੁੱਕ ਜਾਣਾ, ਸਿੱਧੂ ਮੂਸੇਵਾਲਾ ਤਾਂ ਇਸੇ ਤਰ੍ਹਾਂ ਗੱਜਦਾ ਰਹੂ ਵੱਜਦਾ ਰਹੂ। ਉਸਦੇ ਫੈਨ ਵੱਖੋ ਵੱਖਰੇ ਤਰੀਕੇ ਦੇ ਨਾਲ ਉਸਨੂੰ ਸ਼ਰਧਾਂਜਲੀ ਦਿੰਦੇ ਨੇ ਅਤੇ ਅੱਜ ਫਿਰ ਇੱਕ ਨਵਾਂ ਫੈਨ ਜਦੋਂ ਹਵੇਲੀ ਆਉਂਦਾ ਤਾਂ ਆਪਣੇ ਪਿਆਰ ਨਾਲ ਤਿਆਰ ਕਰਵਾਈ ਹੋਏ ਉਹ ਸਟੈਚੂ ਹਵੇਲੀ ਦੇ ਵਿੱਚ ਲੈ ਕੇ ਪਹੁੰਚਦਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਅਤੇ ਚੈਨਲ ਨੂੰ ਕਰਿਓ ਫੋਲੋ।